ਹਾਂਜੀ, ਸਭ ਤੋਂ ਪਹਿਲਾਂ ਤਾਂ ਵੀਡੀਓ ਦੇਖ ਰਹੇ ਸਾਡੇ ਸਾਰੇ ਦਰਸ਼ਕ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਸੁਖੀ ਸ਼ੇਰਗਿੱਲ, ਪਿੰਡ ਹਰੀਗੜ੍ਹ, ਜ਼ਿਲ੍ਹਾ ਬਰਨਾਲਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਪਹਿਲਾਂ ਬੇਨਤੀ ਕਰਦਾ, ਜੇਕਰ ਤੁਸੀਂ ਸਾਡੀ ਇਹ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਜਾਂ ਸਾਡੇ ਯੂਟਿਊਬ ਚੈਨਲ ਪੰਜਾਬ ਪੈਦਾਵਾਰ ਜਾਂ ਫੇਸਬੁੱਕ ਪੇਜ ਪੰਜਾਬ ਪੈਦਾਵਾਰ 'ਤੇ ਦੇਖ ਰਹੇ ਹੋ ਤਾਂ ਉਹਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਅੱਜ ਮੈਂ ਤੁਹਾਨੂੰ ਮਿਲਾਉਣਾ ਸਾਡੇ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਅਸ਼ਪਾਲ ਖੁਰਦ, ਅਸ਼ਪਾਲ ਖੁਰਦ ਪਿੰਡ ਆ ਬਾਈ ਜੀ ਹੋਰਾਂ ਦਾ। ਬਾਈ ਨਾਮ ਕੀ ਆਪਣਾ? ਭੋਲਾ। ਬਾਈ ਦਾ ਨਾਮ ਭੋਲਾ ਗਾ। ਇਹ ਤਿੰਨ ਭਰਾ ਨੇ, ਪਿਤਾ ਪੁਰਖੀ ਜਾਇਦਾਦ ਆ ਜਿਹੜੀ ਆਪਾਂ ਕਹੀਏ ਵੀ 2.25 ਜਾਂ 2.5 ਕਿੱਲੇ ਜਾਇਦਾਦ ਸੀਗੀ, ਪਰ ਫਿਰ ਵੀ ਬਾਈ ਹੁਰੀ ਤਿੰਨੇ ਭਰਾ ਸਬਜ਼ੀ ਦਾ ਕੰਮ ਕਰਦੇ ਨੇ। ਆਓ ਮੈਂ ਤੁਹਾਨੂੰ ਬਾਈ ਜੀ ਨੂੰ ਪੁੱਛਦੇ ਹਾਂ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਠੀਕ ਹੈ। ਹੁਣ ਤੁਸੀਂ ਦੱਸੋਗੇ ਜੀ ਵੀ ਜਿਹੜਾ ਇਹ ਤੁਸੀਂ ਸਬਜ਼ੀ ਵਾਲਾ ਕੰਮ ਕਰ ਰਹੇ ਹੋ, ਇਹ ਤੁਹਾਡਾ ਕਿੰਨਾ ਥੋਮਾ ਦੇ ਵਿੱਚ ਕਿੰਨੀ ਸਬਜ਼ੀ ਲਈ ਹੋਈ ਹੈ? ਅੰਦਾਜ਼ਾ ਕੋਈ ਕਰਾ ਲਓ। ਭਿੰਡੀ ਲਈ ਹੈ ਜੀ? ਨਹੀਂ, ਸਾਰੀ ਸਬਜ਼ੀ ਲਈ। ਸਾਰਾ ਅੱਧਾ ਕਿੱਲਾ ਹੋ। ਸਾਰਾ ਅੱਧਾ ਕਿੱਲਾ ਹੋ ਜੀ। ਵਿੱਚ ਮੂਲੀਆਂ ਆ ਗਈਆਂ, ਵਿੱਚ ਸਗਮਲ ਆ ਗਿਆ, ਸਗਮਲ ਬੀਜੇ ਦੇ ਕਿਤੇ। ਠੀਕ ਹੈ। ਵਿੱਚ ਭਿੰਡੀ ਆ ਗਈ, ਵਿੱਚ ਕੱਦੂ ਆ ਗਿਆ, ਵਿੱਚ ਮੂਲੀਆਂ ਆ ਗਈਆਂ, ਸਾਗ ਆ ਗਿਆ, ਸਰੋਂ ਦਾ ਧਨੀਆ ਆ ਗਿਆ, ਸਾਰੀਆਂ ਜਿਸਮਾਂ ਲਾਈਆਂ ਸੀਆਂ। ਠੀਕ ਹੈ। ਸੋ ਬਾਈ ਦੇ ਕਹਿਣ ਅਨੁਸਾਰ ਇਹ ਸਾਰੀਆਂ ਆਈਟਮਾਂ ਲਾਉਂਦੇ ਨੇਗੇ, ਅਤੇ ਬਾਈ ਜਿਵੇਂ ਮੰਨ ਕੇ ਚੱਲੋ ਵੀ ਇਹਨਾਂ ਨੂੰ ਵੇਚਣ ਵਗੈਰਾ ਦਾ ਹੁੰਦਾ, ਜਿਵੇਂ ਆਪਾਂ ਕਹਿ ਦਿੰਦੇ ਵੀ ਕਈ ਫਾਰਮਰ ਕਹਿ ਦਿੰਦੇ ਆ ਵੀ ਯਾਰ ਸਬਜ਼ੀ ਅਸੀਂ ਮੰਡੀ ਲੈ ਕੇ ਜਾਂਦੇ ਹਾਂ ਵੀ ਮੰਡੀ 'ਚ ਕੋਈ ਰੇਟ ਨਹੀਂ ਮਿਲਦਾ, ਤੁਹਾਡਾ ਵੇਚਣ ਦਾ ਤਰੀਕਾ ਮੈਨੂੰ ਥੋੜ੍ਹਾ ਜਿਹਾ ਵੱਖਰਾ ਲੱਗਿਆ, ਉਹ ਵੀ ਸਾਡੇ ਦਰਸ਼ਕ ਵੀਰਾਂ ਨੂੰ ਦੱਸੋ ਜੀ। ਮੈਂ ਕੀ ਵੇਚਣ ਦਾ ਫਾਇਦਾ ਭਰਾ? ਉਹਨੂੰ ਡਾਲ ਨਹੀਂ ਸਿੱਟ ਕੇ ਆਉਂਦਾ ਨਹੀਂ ਤਾਂ ਵੀ ਆਪ ਰੇੜੀ ਲਾ ਕੇ ਭੇਜ ਦਿਓ। ਰੇੜੀ ਲਾ ਕੇ ਪਿੰਡਾਂ 'ਚ ਫਿਰਦੇ ਹਾਂ ਜੀ ਅਰਜੇ ਕੰਮ। ਠੀਕ ਹੈ। ਵੈਸੇ ਤੁਸੀਂ ਕਿੱਥੇ, ਤੁਹਾਡਾ ਪੱਕਾ ਅੱਡਾ ਕਿੱਥੇ ਦਾ? ਪੱਕਾ ਅੱਡਾ ਹੁਣ ਧਨੌਲੇ ਦਾ, ਨਹੀਂ ਸਾਹ ਹੋ ਕੇ ਢੱਡੀਆਂ, ਬੁੱਗਰ, ਮੰਡੇ, ਸਾਰੇ ਪਿੰਡਾਂ ਜਾਂਦੇ ਆ ਪਿੰਡਾਂ ਜਾਂਦੇ। ਹਾਂ, ਜਿਹੜਾ ਧਨੌਲੇ ਬੈਠਦੇ ਹੋ ਤੁਸੀਂ ਉਹ ਕਿੱਥੇ ਬੈਠਦੇ ਹੋ? ਧਨੌਲੇ ਵੇਚਦੇ ਅਸੀਂ ਡਾਕਟਰ ਆਪਣਾ ਵਿਜੇ ਨਹੀਂ, ਅੰਬਾਲੇ ਵਾਲਾ, ਅੰਬਾਲੇ ਵਾਲਾ ਤਨੌਲੇ, ਜਿਹੜਾ ਅੰਬਾਲੇ ਵਾਲਾ ਡਾਕਟਰ ਹੈ ਜਿਹਨੂੰ ਪਹਿਲਾਂ ਮਿੰਨੀ ਬੱਸਾਂ ਵਾਲਾ ਅੱਡਾ ਕਹਿੰਦੇ ਹੁੰਦੇ ਸੀਗੇ, ਉੱਥੇ ਬਾਈ ਹੁਰੀ ਬਹਿੰਦੇ ਨੇਗੇ। ਸੋ ਬਾਈ, ਤੁਹਾਡਾ ਉੱਥੇ ਤਨੌਲੇ ਬੈਠਣ ਦਾ ਕੀ ਟਾਈਮ ਹੈ? ਟਾਈਮ ਹੈ ਸਾਡਾ ਬਾਈ, ਉੱਥੇ ਜਾਂਦੇ ਅਸੀਂ 2 ਵਜੇ। ਠੀਕ ਹੈ। ਉੱਥੋਂ ਤੱਕ ਰਹਿੰਦੇ ਹਾਂ 2 ਵਜੇ ਤੋਂ ਲੈ ਕੇ ਦੇਰ ਸ਼ਾਮ ਤੱਕ ਰਹਿੰਦੇ ਨੇ, ਆਪਾਂ ਨੂੰ ਪਤਾ ਹੀ ਆ ਜਿਵੇਂ 8:30-9:15-9 ਵਜੇ ਤੱਕ ਮਾਰਕੀਟ। ਹਾਂ, ਵਿਕਰੀ ਪਿਛਲੇ ਪਾਸ ਹੁੰਦੀ ਨਾ, ਪਹਿਲੇ ਤੋੜਦੇ ਨੇ ਸਬਜ਼ੀ ਤਾਂ ਜੀ, ਪਹਿਲੇ ਵਾਰ ਸਬਜ਼ੀ ਤੋੜਦੇ ਨੇ, ਉਦੋਂ ਬਾਅਦ ਉੱਥੇ ਵਿਕਰੀ ਕਰਦੇ ਨੇ। ਹਾਂਜੀ। ਸੋ ਬਾਈ, ਇੱਕ ਸਾਨੂੰ ਹੋਰ ਵੀ ਗੱਲ ਦੱਸੋ ਵੀ ਜਿਵੇਂ ਤੁਸੀਂ ਆਪਦੀ ਸਬਜ਼ੀ ਆਪ ਲਾ ਕੇ ਆਪ ਹੀ ਵੇਚ ਰਹੇ ਹੋ, ਹਾਂਜੀ, ਵੀ ਤੁਹਾਨੂੰ ਆਮ ਲੋਕਾਂ ਨਾਲੋਂ ਕਿੰਨਾ ਕੁ ਮੁਨਾਫਾ ਹੁੰਦਾ ਇਹ 'ਚ? ਖੇਤੀ ਦਾ ਗਰੁੱਤੀ ਦਾ ਨਫਾ ਜੀ, ਟਾਈਮ ਸਿਰ ਕੋਈ ਨਫਾ ਨਹੀਂ, ਟਾਈਮ ਸਿਰ ਕੋਈ ਨਫਾ ਨਹੀਂ ਹੈਗਾ। ਅਤੇ ਊਂ ਵੀ ਮੰਨ ਕੇ ਚੱਲੋ ਜਿਵੇਂ ਤੁਸੀਂ ਰੋਜ਼ ਦੇ ਪੈਸੇ ਬਣਾਉਂਦੇ ਹੋ, ਹੈ ਨਾ, ਤਾਂ ਉਹਦੇ ਨਾਲੋਂ ਵੀ ਜਿਵੇਂ ਆਪਣਾ ਕੋਈ ਬੰਦਾ 10-12 ਹਜ਼ਾਰ ਰੁਪਏ ਦੇ ਕਿਸੇ ਕੋਲ ਕੰਮ ਕਰਦਾ, ਉਹਦੇ ਨਾਲ ਤਾਂ ਬਹੁਤ ਵਧੀਆ ਰਹਿੰਦੇ ਹੋ ਫੈਕਟਰੀਆਂ 'ਚ ਜਾਣ ਦਾ, ਉਹਦੇ ਨਾਲ ਫਾਇਦਾ ਹੈ, ਕਿਸੇ ਫੈਕਟਰੀ ਜਾਣ ਦੀ ਜਿੱਥੇ ਚਿੱਤਮਨ ਦਾ ਪੈ ਜਾ, ਚਿੱਤਮਨ ਦਾ ਭਾਈ ਕੰਮ ਕਰ ਲੈ। ਹਾਂ, ਸਭ ਤੋਂ ਵੱਡੀ ਗੱਲ ਇਹੀ ਬਾਈ ਦੀ ਗੱਲ ਆ, ਹੈ ਨਾ, ਵੀ ਜਦੋਂ ਚਿੱਤਮਨ ਦਾ ਕੰਮ ਕਰ ਲਓ। ਅਸੀਂ ਤਾਂ ਕੈਨੇਡਾ, ਜਾਂ ਬੰਦਾ ਕੈਨੇਡਾ ਵਗੈਰਾ ਜਾਂਦਾ, ਇਸ ਦਾ ਬਹੁਤ ਵਿਰੋਧ ਆਉਂਦੇ, ਉੱਥੇ ਜਾ ਕੇ ਨੌਕਰੀ ਕਰਦਾ, ਕੰਮ ਕਰਨ ਨਜਾਇਜ਼ ਗਲਤ ਕੰਮ ਕਰਦਾ, ਕਿ ਦਿਹਾੜੀ ਕਰਦਾ, ਇੱਥੇ ਆਪਦੀ ਲਾ ਲਏ, 2 ਕਰਾਂ 4 ਲਾ ਲਏ, ਆਪਦੀਆਂ ਭੈਣਾਂ ਨੂੰ, ਆਪਦੇ ਕੁੜੀਆਂ ਨੂੰ, ਆਪਦੇ ਟੱਬਰ ਦੇ ਸਿਰੇ ਅਗਰ ਖੇਤ ਲਾਉਂਦਾ ਨਹੀਂ, ਕੈਨੇਡਾ ਜਾ ਕੇ ਭੇਜਦਾ। ਸੋ ਅਸੀਂ ਤਾਂ ਨਾਰਾਜ਼ ਹਾਂ। ਬਿਲਕੁਲ ਸਹੀ ਗੱਲ ਆ ਬਾਈ ਦੀ, ਕਹਿੰਦਾ ਵੀ ਜੋ ਵੀ ਆਪਣੇ ਨੌਜਵਾਨ ਮੁੰਡੇ ਕੁੜੀਆਂ ਇਧਰੋਂ ਕਰਕੇ ਬਾਹਰ ਜਾ ਰਹੇ ਨੇ, ਕੰਮ ਕਰਦੇ ਸਬਜ਼ੀ ਦਾ ਜਾਂ ਫਲਾਂ ਤੋੜਦੀਆਂ ਕਰਾਂ, ਇਹ ਗੱਲ ਹੈਗੀ ਆ ਬਾਈ, ਘਰੇ ਤੋੜ ਲਓ, ਉਹ ਗੱਲ ਹੈਗੀ ਆ ਬਾਈ। ਤੇ ਬਾਈ, ਇੱਕ ਸਾਨੂੰ ਹੋਰ ਦੱਸੋ, ਜਿਵੇਂ ਤੁਸੀਂ ਇਹ ਕੰਮ ਕਰਦੇ ਹੋ, ਜਿਵੇਂ ਕੀ ਹੁੰਦਾ ਕਈ ਵਾਰ ਆਪਾਂ ਕੋਈ ਵਿਲੱਖਣ ਤਰੀਕੇ ਦਾ ਕੰਮ ਕਰਦੇ ਆਂਗੇ ਤਾਂ ਜਿਹੜੇ ਉਹ ਕੀ ਆ ਵੀ ਸਮਾਜ ਦੇ ਵਿੱਚ ਕੁਛ ਗੱਲਾਂ ਤੁਹਾਨੂੰ ਪੈ ਜਾਂਦੀਆਂ ਨੇ, ਅਗਲਾ ਕਹਿੰਦਾ ਯਾਰ ਕੀ ਕਰਦੇ ਹੋ, ਕੀ ਕੰਮ ਕਰੀ ਜਾਂਦੇ ਹੋ, ਦਿਹਾੜੀਆਂ ਵਾਲੇ ਕੰਮ। ਹਾਂ, ਜੇ ਸਾਡੇ ਬੱਚੇ ਨੇ ਜੀ, ਉਹ ਸੰਗ ਮੰਨਦੇ ਨੇ, ਬਿਲਕੁਲ ਮੇਰੇ ਤੋਂ ਨਾਰਾਜ਼ ਨੇ, ਕਿਉਂ ਬਹਿੰਦੇ, ਕਿਉਂ ਬਹਿ ਕੇ ਵੇਚਦੇ? ਅੱਛਾ। ਹਾਂ, ਵੀ ਆਪਾਂ 5 ਜ਼ਿਮੀਦਾਰ ਦਾ ਕੰਮ ਨਹੀਂ ਇਹ, ਉਹ ਮਾਜਵੀ ਸਿੰਘਾਂ ਦਾ ਕੰਮ ਆ, ਰਮਦਾਸ ਸਿੰਘ ਕੰਮ ਕਹਿੰਦਾ ਬੱਚਾ ਮੇਰਾ, ਮੇਰਾ ਮੁੰਡਾ ਕਹਿੰਦੇ ਵੇਚ ਕੇ ਰਾਜੀ, ਮੈਨੂੰ ਵਿਰੁੱਧ ਹੈ ਮਿਲਦੇ, ਉਹ ਕਹਿੰਦਾ ਵੇਚਣਾ। ਜਾਂ ਮੰਨ ਲਾ ਵੀ ਹੋਰ ਤੁਹਾਨੂੰ ਲੱਗਦਾ ਵੀ ਤੁਹਾਡਾ ਬੱਚਾ ਐਂ ਕਿਉਂ ਕਹਿੰਦਾ ਵੀ ਜਿਵੇਂ ਉਹ ਕਿਤੇ ਸੱਥ 'ਚ ਜਾਂਦਾ ਹੋਊ ਜਾਂ ਕਿਤੇ ਹੋਰ ਜਾਂਦਾ? ਨਾ, ਸੱਥ ਜਾਂਦਾ, ਪੜ੍ਹਾਈ ਬਸ ਉਹੀ ਮਾਰਿਆ ਪਿਆ ਸੰਗ ਦੇ, ਵੈਸੇ ਅੱਗੇ ਬਾਹਲੇ ਮੁਲਕੇ ਵਗ ਜਾ, ਉਹ ਐਂ ਕਹਿੰਦੇ ਬਸ ਮੁੰਡੇ ਹੁਣੇ ਦੇਖ ਕੇ। ਅੱਛਾ। ਜੇ ਮੁੰਡੇ ਹੁਣੇ ਜਾਂਦੇ ਨੇ ਵੱਲ ਉਹ ਜਾਣ, ਫਿਰ ਤੁਸੀਂ ਹਟਾ ਦੱਸਦਾ। ਠੀਕ ਹੈ, ਨਹੀਂ ਜਾਣਾ ਆਪਾਂ। ਸੋ ਉਹ ਵੀ ਉਹੀ ਬਾਈ ਦੀ ਗੱਲ ਆ ਗਈ, ਹੈ ਨਾ। ਚਲੋ ਬਾਈ, ਅਸੀਂ ਤੁਹਾਨੂੰ ਇੱਕ ਗੱਲ ਕਹਿੰਦੇ ਵੀ ਆਪਾਂ ਨੂੰ ਬੱਚੇ ਦੀਆਂ ਭਾਵਨਾਵਾਂ ਨੂੰ ਵੀ ਰੋਕਣਾ ਨਹੀਂ ਚਾਹੀਦਾ, ਹੈ ਨਾ, ਜਿਹੜੀ ਉਹਦੀ ਮਨ ਦੀ ਗੱਲ ਹੈਗੀ ਉਹ ਜ਼ਰੂਰ ਆਪਾਂ ਨੂੰ ਬਾਹਰ ਕੱਢਣੀ ਚਾਹੀਦੀ ਹੈਗੀ, ਜ਼ਰੂਰ ਉਹਦੀ ਸਬੂਰੀ ਕਰਨੀ ਚਾਹੀਦੀ ਆ। ਪਰ ਜਿਹੜਾ ਤੁਹਾਡਾ ਹਰ ਤਰੀਕਾ ਹੈਗਾ ਖੇਤੀ ਕਰਨ ਦਾ, ਇਹ ਵੀ ਸਾਨੂੰ ਬਹੁਤ ਵਧੀਆ ਲੱਗਿਆ, ਕਿਉਂ ਜਿਸ ਤਰ੍ਹਾਂ ਬਾਈ ਹੁਣ ਜਿਹੜੇ ਕਾਲੇ ਕਾਨੂੰਨ ਨੇਗੇ ਉਹ ਆ ਰਹੇ ਨੇਗੇ, ਸੋ ਉਹਨਾਂ ਤੋਂ ਜਿਹੜਾ ਬਚਣ ਦਾ ਇੱਕੋ ਹੱਲ ਆ ਉਹ ਇਹੀ ਆ, ਆਪਦੀਆਂ ਸਬਜ਼ੀਆਂ, ਆਪਦੀਆਂ ਦਾਲਾਂ ਪੈਦਾ ਕਰਕੇ ਬਾਈ ਆਪ ਵੇਚੋ ਸਿੱਧਮ ਸਿੱਧਾ। ਇਦੋਂ ਬਾਅਦ ਆਪਾਂ ਬਾਈ ਜੀ ਹੋਰਾਂ ਕੋਲ ਇਹਨਾਂ ਸਟਾਲ 'ਤੇ ਚੱਲਾਂਗੇ ਜਿਹੜੇ ਇਹ ਧਨੌਲਾ ਮੰਡੀ ਦੇ ਵਿੱਚ ਬਹਿੰਦੇ ਆ, ਉੱਥੇ ਵੀ ਆਪਾਂ ਕਵਰੇਜ ਕਰਾਂਗੇ। ਸੋ ਮਿਲਦੇ ਹਾਂ ਜੀ ਸ਼ਾਮ ਨੂੰ ਉਦੋਂ ਬਾਅਦ। ਸੋ ਬਾਈ, ਜਿਵੇਂ ਆਪਾਂ ਦਿਖਾਇਆ ਸੀਗਾ, ਹੈ ਨਾ, ਵੀ ਬਾਈ ਆ ਜਿਹੜਾ ਆਪਦੀ ਚੀਜ਼ ਆਪ ਵੇਚਦਾ, ਪਹਿਲਾਂ
ਆਪਾਂ ਬਾਈ ਨੂੰ ਪੁੱਛਦੇ ਹਾਂ, ਬਾਈ ਤੁਸੀਂ ਵੀ ਰੋਜ਼ ਹੀ ਇੱਥੇ ਆਉਣੇ ਉਹਦੇ ਕੋਲੇ? ਠੀਕ ਹੈ, ਸੋ ਕਿਵੇਂ ਲੋਕਾਂ ਦਾ ਰਿਸਪੋਂਸ ਕਿਵੇਂ ਰਹਿੰਦਾ ਇਹਦੇ ਨਾਲ? ਨਹੀਂ ਸਹੀ ਗੱਲ ਆ ਬਾਈ, ਬਹੁਤ ਵਧੀਆ ਗੱਲ ਆ, ਹੈ ਨਾ? ਵਧੀਆ ਬਾਈ, ਵਧੀਆ ਸਲੂਟ ਆ ਤੇਰੇ ਕੰਮ ਨੂੰ, ਵਧੀਆ ਵਧੀਆ।